कोरोना वायरस तो सावधानी वरतन संबंधी ओंटारियो सरकार वालों बीते दिन डॉक्टर्स के लिए एक मैमो भी जारी किया गया जिस से हदायत दी गई कि जिदा ही लक्षण सामने आते हैं उस तो ही सख्त जांच की जाए। तो सरकार के नुमाइंदे तो ब्रैम्पटन साउथ तो MPP प्रभमीत सरकारिया ने दसिया है कि सूबे की हैल्थ टीम इस संबंधी हस्पतालों के नाल मिल के काम कर रही है। ਜਿਹੜਾ ਸਾਡਾ ਇਸ ਵਕਤ ਜੋ ਕਰੋਨਾ ਵਾਇਰਸ ਇੱਥੇ ਕਾਫੀ ਚਰਚਾ ਆ ਰਹੀ ਆ ਉਸ ਦੇ ਵਿੱਚ ਸਾਡੀ ਗਵਰਨਮੈਂਟ ਆਲਰੇਡੀ ਕਈ ਪ੍ਰੀਵੈਂਟਿਵ ਸਟੈਪਸ ਲੈ ਲਏ ਹੈਗੇ ਆ। ਅਸੀਂ ਸਿਰਫ ਕੱਲ ਹੀ ਕੈਬਨਿਟ ਵਿੱਚ ਇਹ ਪਾਸ ਕੀਤਾ ਸੀ, ਐਲਾਨ ਕੀਤਾ ਸੀਗਾ ਨਵੇਂ ਰੈਗੂਲੇਸ਼ਨ ਵੀ ਖਾਸ ਕਰਕੇ ਸਾਰੇ ਹੋਸਪਿਟਲਸ ਦੇ ਵਿੱਚ ਸਾਰੇ ਡਾਕਟਰਾਂ ਨੂੰ ਇੱਕ ਸਖ਼ਤ ਮੈਮੋ ਭੇਜਿਆ ਗਿਆ ਸੀ ਵੀ ਜਿਹਦਾ ਵੀ ਕੋਈ ਸਸਪੈਕਟਡ ਜਾਂ ਕੋਈ ਵੀ ਕਿਸ ਨੂੰ ਸ਼ੱਕ ਪੈਂਦਾ ਵੀ ਇਹ ਜੋ ਸਿਮਟਮਸ ਇਹਦੇ ਹੈਗੇ ਆ ਉਹ ਉਸ ਵੇਲੇ ਕੁਆਰੰਟੀਨ ਕੀਤੇ ਜਾਓਗੇ, ਉਸ ਵੇਲੇ ਰਿਪੋਰਟਿੰਗ ਹੋਊਗੀ। ਜਿਹੜੀਆਂ ਇਸ ਵਕਤ ਫਲਾਈਟਾਂ ਆ ਰਹੀਆਂ ਉਹ ਅਫੈਕਟਡ ਸਿਟੀਜ਼ ਤੋਂ ਚਾਈਨਾ ਤੋਂ ਆ ਰਹੀਆਂ, ਉਹਨਾਂ ਦੀ ਸਕੈਨਿੰਗ ਹੋ ਰਹੀ ਆ ਏਅਰਪੋਰਟ ਦੇ ਉੱਤੇ। ਅਸੀਂ ਉਮੀਦ ਰੱਖਦੇ ਵੀ ਜੋ ਸਾਡੇ ਹੈਲਥ ਕੇਅਰ ਪ੍ਰੋਫੈਸ਼ਨਲਸ ਹੈਗੇ ਆ ਸਮ ਆਫ ਦ ਬੈਸਟ ਹੈਗੇ ਆ, ਸਾਰੇ ਵਰਲਡ ਦੇ ਵਿੱਚ ਸਭ ਤੋਂ ਬੈਸਟ ਹੈਗੇ, ਰੀਸਰਚ ਇੱਥੇ ਸਭ ਤੋਂ ਬੈਸਟ ਚੱਲਦਾ। ਸੋ ਉਹਨਾਂ ਨਾਲ ਰਲ ਕੇ ਇਸ ਜੋ ਮਸਲਾ ਹੈਗਾ ਇਸ ਦੇ ਨਾਲ ਸਾਰੇ ਇੰਟਰਨੈਸ਼ਨਲ ਕਮਿਊਨਿਟੀ ਨਾਲ ਅਸੀਂ ਰਲ ਕੇ ਇਹਨੂੰ ਇਹਦਾ ਹੱਲ ਕਰਾਂਗੇ। ਨਾਲੇ ਜਿਹੜੇ ਬਾਕੀ ਪ੍ਰੋਵਿੰਸਿਸ ਹੈਗੇ ਆ ਆਨਟਰੀ ਆਈ ਮੀਨ ਕੈਨੇਡਾ ਦੇ ਵਿੱਚ ਉਹਨਾਂ ਨਾਲ ਵੀ ਅਸੀਂ ਗੱਲਾਂ ਕਰਾਂਗੇ ਵੀ ਅਸੀਂ ਕਿਵੇਂ ਇਸ ਵਾਇਰਸ ਨੂੰ ਜੇ BC 'ਚ ਆਉਂਦੀ ਜਾਂ ਅਲਬਰਟਾ ਖਾਸ ਕਰ ਜਾਂ ਹੋਰ ਵੀ ਕੋਈ ਵੀ ਸ਼ਹਿਰ 'ਚ ਆਉਂਦੀ ਆ ਵੀ ਅਸੀਂ ਕਿਵੇਂ ਇਹਨੂੰ ਹੈਂਡਲ ਕਰ ਸਕਦੇ, ਕਿਵੇਂ ਇਹਨੂੰ ਕੰਟੇਨ ਕਰਕੇ ਕੁਆਰੰਟੀਨ ਕਰਕੇ ਅਸੀਂ ਇਹਨੂੰ ਬਚਾ ਸਕਦੇ ਹਾਂ। ਸੋ ਸਾਡੇ ਫੁੱਲ ਟੀਮ ਜਿਹੜੀ ਹੈਲਥ ਟੀਮ ਹੈਗੀ ਆ ਸਾਰੇ ਪ੍ਰੋਵਿੰਸ ਦੇ ਅਕਰਾਸ ਅਤੇ ਸਾਰੇ ਕੰਟਰੀ ਦੇ ਅਕਰਾਸ ਇਕੱਠੇ ਰਲ ਕੇ ਸਾਰੇ ਕੰਮ ਕਰਦੇ, ਇੰਟਰਨੈਸ਼ਨਲ ਵੀ ਸਾਰੇ ਇਸ ਚੀਜ਼ ਨੂੰ ਰੋਕਣ ਲਈ ਇਕੱਠੇ ਕੰਮ ਕਰਦੇ ਆ। ਸੋ ਅਸੀਂ ਇਹੀ ਉਮੀਦ ਰੱਖਦੇ ਹਾਂ ਵੀ ਆਪਾਂ ਕੋਈ ਵੀ ਕਿਸ ਨੂੰ ਸ਼ੱਕ ਪੈਂਦਾ ਕੋਈ ਵੀ ਸੁਣ 'ਚ ਆਉਂਦਾ ਅਤੇ ਇਸ ਦੀ ਰਿਪੋਰਟਿੰਗ ਛੇਤੀ ਤੋਂ ਛੇਤੀ ਹੋਵੇ, ਉਹ ਸਿਸਟਮ ਅਸੀਂ ਇਨ ਪਲੇਸ ਆਲਰੇਡੀ ਕਰ ਦਿੱਤਾ ਅਤੇ ਇਸ ਸਿਸਟਮ ਨੂੰ ਸਟਰੈਂਥਨ ਕਰਨ ਦੀ ਅਸੀਂ ਦਿਨੋਂ ਦਿਨ ਜੋ ਵੀ ਕੋਈ ਲੋੜ ਪੈਂਦੀ ਆ ਉੱਥੇ ਰਿਸੋਰਸ ਲਾਉਣ ਨੂੰ ਤਿਆਰ ਹਾਂ।